ਖਬਰ ਲੁਧਿਆਣਾ ਤੋਂ ਆ ਰਹੀ ਹੈ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਸਰਕਾਰ ਵੱਲੋਂ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਉਣ ਦੀ ਦਰਖਾਸਤ 25 ਜਨਵਰੀ 2019 ਨੂੰ ਦਿੱਤੀ ਗਈ ਸੀ। ਸਫਾਈ ਧਿਰ ਨੂੰ ਇਸ ਸੰਬੰਧੀ 25 ਫਰਵਰੀ 2019 ਨੂੰ ਜਵਾਬ ਦੇਣ ਲਈ ਤਰੀਕ ਦਿੱਤੀ ਗਈ ਹੈ। ਅੱਜ ਲੁਧਿਆਣਾ ਦੇ ਸੀਨੀਅਰ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਅਰੁਣਵੀਰ ਵਸ਼ਿਸ਼ਟ ਵੱਲੋਂ 11 ਜਨਵਰੀ 2019 ਨੂੰ ਸਰਕਾਰੀ ਧਿਰ ਦੀਆਂ ਗਵਾਹੀਆਂ ਬਾ ਹੁਕਮ ਬੰਦ ਕਰਨ ਤੋਂ ਬਾਅਦ 6 ਫਰਵਰੀ 2019 ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਦਿੱਲੀ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਪੇਸ਼ੀ ਵਾਰੰਟ ਜਾਰੀ ਕੀਤੇ ਗਏ ਸਨ, ਪਰ 25 ਜਨਵਰੀ 2019 ਨੂੰ ਸਰਕਾਰ ਵੱਲੋਂ ਦਰਖਾਸਤ ਲਾ ਕੇ ਪੇਸ਼ੀ ਵਾਰੰਟ ਕੈਂਸਲ ਕਰਕੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਕਰਵਾਉਣ ਦੀ ਅਪੀਲ ਕੀਤੀ ਗਈ ਸੀ। ਜਿਸ ਸੰਬੰਧੀ ਦਰਖਾਸਤ ਦੀ ਕਾਪੀ ਸਫਾਈ ਧਿਰ ਦੇ ਵਕੀਲ ਨੂੰ ਅੱਜ ਮਿਲ ਗਈ ਹੈ ਅਤੇ 25 ਫਰਵਰੀ 2019 ਨੂੰ ਜਵਾਬ ਦੇਣ ਲਈ ਤਰੀਕ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਲੁਧਿਆਣਾ ਤੋਂ ਸੀਨੀਅਰ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ। ਜ਼ਿਕਰਯੋਗ ਹੈ ਕਿ ਉਕਤ ਮੁਕੱਦਮਾ FIR ਨੰਬਰ 134 ਮਿਤੀ 23/12/1995 ਨੂੰ ਥਾਣਾ ਕੋਤਵਾਲੀ ਲੁਧਿਆਣਾ ਵਿੱਚ 4/5 ਐਕਸਪਲੋਸਿਵ ਐਕਟ ਅਤੇ 25 ਅਸਲਾ ਐਕਟ ਅਧੀਨ ਜਥੇਦਾਰ ਜਗਤਾਰ ਸਿੰਘ ਹਵਾਰਾ 'ਤੇ ਦਰਜ ਕੀਤਾ ਗਿਆ ਸੀ। ਅੱਜ FIR ਨੰਬਰ 133 ਮਿਤੀ 6/12/1995 ਥਾਣਾ ਕੋਤਵਾਲੀ ਦੇ ਘੰਟਾ ਘਰ ਬੰਬ ਧਮਾਕਾ ਕੇਸ ਵਿੱਚ ਵੀ ਸ੍ਰੀ ਅਤੁਲ ਕਸਾਨਾ ASJ ਦੀ ਅਦਾਲਤ ਵਿੱਚ ਸਰਕਾਰੀ ਗਵਾਹੀਆਂ ਦੀ ਤਰੀਕ ਵੀ ਸੀ, ਪਰ ਜੱਜ ਦੇ ਛੁੱਟੀ 'ਤੇ ਗਏ ਹੋਣ ਕਾਰਨ ਉਹ ਤਰੀਕ ਵੀ 14 ਫਰਵਰੀ 2019 ਪੈ ਚੁੱਕੀ ਹੈ।